ਟਰਬਾਈਨ ਸਪਿਨਰ ਬਣਾਉਣ ਲਈ ਤੁਹਾਨੂੰ ਇੱਕ ਫਲੈਕਸੀ ਸਟਰਾਅ, ਪੈਨ ਦਾ ਰੀਫਿਲ, ਤਾਰ ਅਤੇ ਕੁਝ ਕਾਰਡਸ਼ੀਟ ਦੀ ਲੋੜ ਪਵੇਗੀ। ਇੱਕ ਕਾਰਡਸ਼ੀਟ ਦੀ ਸਟ੍ਰਿਪ ਲਓ ਅਤੇ ਉਸ ਨੂੰ ਮੋੜੋ ਅਤੇ ਜ਼ਿਗਜ਼ੈਗ ਵਰਗੇ ਪੱਖੇ ਦੇ ਫੋਲਡ ਬਣਾਓ। ਇਸ ਸਟ੍ਰਿਪ ਨੂੰ ਖੋਲ੍ਹੋ ਅਤੇ ਇਸ ਦੇ ਇੱਕ ਪਾਸੇ 'ਤੇ ਗੂੰਦ ਲਗਾਓ। ਇਸ ਦੇ ਰਬੜ ਐਡਿਸ਼ਿਵ ਜ਼ਿਆਦਾ ਚੰਗੀ ਤਰ੍ਹਾਂ ਕੰਮ ਕਰਦਾ ਹੈ। ਹੁਣ ਇਸ ਨੂੰ ਗੋਲੇ ਦੇ ਰੂਪ ਵਿੱਚ ਚਿਪਕਾਓ ਅਤੇ ਮੋੜੋ ਜਾਂ ਇੱਕ ਟਰਬਾਈਨ ਬਣਾਓ ਜਿਸ ਦੇ ਮੱਧ ਵਿੱਚ ਇੱਕ ਮੋਰੀ ਹੋਵੇ। ਪੁਰਾਣੇ ਬਾਲ ਪੈਨ ਦੇ ਰੀਫਿਲ ਦਾ ਇੱਕ ਟੁਕੜਾ ਇਸ ਟਰਬਾਈਨ ਦੇ ਮੱਧ ਵਿੱਚ ਬੀਅਰਿੰਗ ਦੇ ਤੌਰ 'ਤੇ ਲਗਾ ਦਿਓ। ਇਸ ਵਿੱਚੋਂ ਆਸਾਨੀ ਨਾਲ ਮੋੜਨ ਵਾਲੀ ਤਾਰ ਲੰਘਾਓ ਜੋ ਕਿ ਐਕਸਲ ਦਾ ਕੰਮ ਕਰੇਗੀ। ਇਸ ਤਾਰ ਦਾ ਸੱਜਾ ਪਾਸਾ ਮੋੜੋ, ਇਹ ਟਰਬਾਈਨ ਨੂੰ ਡਿੱਗਣ ਤੋਂ ਰੋਕੇਗਾ। ਤਾਰ ਦੇ ਦੂਜੇ ਹਿੱਸੇ ਨੂੰ ਇੱਕ ਸਟਰਾਅ ਨਾਲ ਟੇਪ ਕਰੋ। ਸਟਰਾਅ ਦੇ ਦੂਜੇ ਹਿੱਸੇ 'ਤੇ ਹਵਾ ਦੇਣ ਦੇ ਨਾਲ ਹਵਾ ਟਰਬਾਈਨ ਨਾਲ ਟਕਰਾਏਗੀ ਅਤੇ ਉਸ ਨੂੰ ਘੁਮਾਏਗੀ। ਇਸ ਖਿਡੌਣੇ ਦੇ ਵਿੱਚ ਜ਼ਰਾ ਜਿਹਾ ਫੇਰ ਬਦਲ ਇਸ ਨੂੰ ਜ਼ੈੱਡ ਸ਼ੇਪ ਆਕਾਰ ਦੀ ਤਾਰ ਟਰਬਾਈਨ ਵਿੱਚੋਂ ਕੱਢੋ ਅਤੇ ਇਸ ਨੂੰ ਇੱਕ ਅਜਿਹੇ ਪਲਾਸਟਿਕ ਦੇ ਕੇਸ ਵਿੱਚ ਪਾਓ ਜਿਸ ਵਿੱਚੋਂ ਆਰ ਪਾਰ ਦਿਖਦਾ ਹੋਵੇ। ਐਕਸਲ ਦੇ ਦੋਨੋਂ ਕੋਨਿਆਂ 'ਤੇ ਤਿੰਨ ਤਿੰਨ ਚਮਕੀਲੇ ਮੋਤੀ ਪਾ ਦਿਓ। ਸਟਰਾਅ ਨਾਲ ਹਵਾ ਦੇਣ 'ਤੇ ਟਰਬਾਈਨ ਘੁੰਮੇਗੀ ਅਤੇ ਚਮਕੀਲੇ ਮੋਤੀ ਬਹੁਤ ਹੀ ਪਿਆਰਾ ਸੰਗੀਤ ਉਤਪੰਨ ਕਰਨਗੇ।